एवरीवन कि मैं तुसी सारे आई होप तुसी मेरे सारे वीडियोस में बहुत ज्यादा एंजॉय करते हो ताही ता मेरी फटाफट 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 फैन फॉलोइंग बढ़ी जा रही है। मैंने भी बहुत अच्छा लगता है थोड़े सारे ना वीडियो बना के शेयर करके। मैं तो लगता ही नहीं कि मैं वीडियो बना रही हूं, मैं तो लगता है कि तुसी सारे मेरे सामने बैठे हो और मैं अपने दिल दी गल्लां करी जा रही हूं। सो अज दे इस वीडियो दे विच आपां गल करांगे बेनिफिट्स ऑफ लॉकडाउन एंड ओदे विच सेल्फ केयर किवें करनी। जिहड़ियां कुड़ियां हुंदियां ना ਉਹ ਸਾਰੀ ਦੁਨੀਆ ਦਾ ਧਿਆਨ ਰੱਖਦੇ ਰੱਖਦੇ ਨਾ ਆਪਣੇ ਆਪ ਨੂੰ ਕਿਤੇ ਭੁੱਲ ਜਾਂਦੀ ਹੈ। ਸੋ ਇਹ ਐਪੀਸੋਡ ਇਹ ਸਾਰੀਆਂ ਵੀਡੀਓਜ਼ ਮੈਂ ਡੈਡੀਕੇਟ ਕਰਦੀ ਹਾਂ ਅਗੇਨ ਆਪਣੀਆਂ ਸਿਸਟਰਸ ਨੂੰ, ਕਿਉਂਕਿ ਮੇਰੀ ਵੀਡੀਓ ਵਿੱਚ ਕਿਸੇ ਵੀ ਮੁੰਡੇ ਦੀ ਕੋਈ ਜਗ੍ਹਾ ਨਹੀਂ ਹੈਗੀ। ਇਹ ਸਾਰੀਆਂ ਵੀਡੀਓਜ਼ ਮੈਂ ਬਣਾਉਂਦੀ ਹਾਂ ਆਪਣੀ ਭੈਣਾਂ ਲਈ ਹਾਂ ਅਤੇ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਔਰ ਮੈਂ ਚਾਹੁੰਦੀ ਹਾਂ ਇਹ ਸਾਰਾ ਕੁਛ ਮੇਰੀਆਂ ਭੈਣਾਂ ਫੋਲੋ ਕਰਨ। ਲੈਟਸ ਸਟਾਰਟ। ਜਿਸ ਵੀ ਇਨਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਲੱਤ ਲੱਗੀ ਹੈ, ਨਸ਼ੇ ਦੀ, ਸਿਗਰਟ ਦੀ, ਸ਼ਰਾਬ ਦੀ, ਕਿਸੇ ਵੀ ਚੀਜ਼ ਦੀ, ਉਹਦੇ ਕੋਲ ਇੱਕ ਗੋਲਡਨ ਟਾਈਮ ਹੈ ਆਪਣੀ ਉਸ ਲੱਤ ਨੂੰ, ਉਸ ਹੈਬਿਟ ਨੂੰ, ਉਸ ਆਦਤ ਨੂੰ ਛੱਡਣ ਦਾ। ਕਿਉਂਕਿ ਇਸ ਟਾਈਮ ਨਾ ਉਹ ਕਿਤੇ ਬਾਹਰ ਜਾ ਸਕਦਾ ਅਤੇ ਨਾ ਕੋਈ ਉਹਦੇ ਕੋਲ ਆ ਸਕਦਾ। ਸੋ ਇਸ ਤੋਂ ਵਧੀਆ ਓਪਰਚੁਨਿਟੀ ਤੁਹਾਨੂੰ ਜ਼ਿੰਦਗੀ 'ਚ ਕਦੀ ਨਹੀਂ ਮਿਲੇਗੀ ਕਿਸੇ ਵੀ ਤਰ੍ਹਾਂ ਦਾ, ਚਾਹੇ ਕੁੜੀਆਂ ਚਾਹੇ ਮੁੰਡੇ ਹੈ। ਬਹੁਤ ਸਾਰੀਆਂ ਕੁੜੀਆਂ ਜੋ ਸਮੋਕ ਕਰਦੀਆਂ ਉਹਨਾਂ ਦੇ ਕੋਲ ਵੀ ਗੋਲਡਨ ਓਪਰਚੁਨਿਟੀ ਹੈ ਜੋ ਵਿਚਾਰੀਆਂ ਛੱਡਣਾ ਚਾਹੁੰਦੀਆਂ ਬਟ ਕਿਸੇ ਨਾ ਕਿਸੇ ਹਾਲਾਤਾਂ ਕਰਕੇ ਨਹੀਂ ਛੱਡ ਸਕਦੀਆਂ। ਤੁਹਾਨੂੰ ਪਤਾ ਸਮੋਕ ਦੇ ਨਾਲ ਸਾਡੀ ਸਕਿਨ ਕਿੰਨੀ ਖਰਾਬ ਹੁੰਦੀ ਹੈ, ਸਪੈਸ਼ਲੀ ਸਾਡੇ ਲਿਪਸ। ਤੁਹਾਡੀ ਸਕਿਨ ਇੱਕਦਮ ਡੈਮੇਜ ਹੋ ਜਾਂਦੀ ਹੈ। ਸਮੋਕਿੰਗ ਤਾਂ ਕਰਨੀ ਨਹੀਂ ਚਾਹੀਦੀ ਤੁਹਾਨੂੰ, ਐਂਡ ਆਫਕੋਰਸ ਡਰਿੰਕ ਆਲਸੋ। ਸੋ ਇਹ ਤੁਹਾਡੇ ਕੋਲ ਸਾਰਿਆਂ ਕੋਲ ਬਹੁਤ ਵੱਡੀ ਓਪਰਚੁਨਿਟੀ ਹੈ। ਜੋ ਵੀ ਨਸ਼ਾ ਤੁਸੀਂ ਕਰਦੇ ਹੋ ਉਹਨੂੰ ਛੱਡਣ ਦੀ ਕੋਸ਼ਿਸ਼ ਕਰੋ, ਡੈਫੀਨੇਟਲੀ ਤੁਸੀਂ ਕਾਮਯਾਬ ਹੋਣਾ।